एक बहुत ही सत्कारयोग शख्सियत श्रीमती डिंपल मित्तल पिछले दिन अपने स्वासा की पूंजी नूं खर्चते हुए परमात्मा के चरणों में जा विराजे। श्रीमती डिंपल मित्तल हुणा दा जन्म श्री अमृतलाल गुप्ता हुणा दे घर माता कमलेश गुप्ता हुणा दी कुखों 20 मार्च 1970 नूं लुधियाणा दे उद्योगी घराने विच होया। आप जी ने ग्रेजुएशन तक की पढ़ाई पूरी की। आप जी तीन भरा संजय गुप्ता, अजय गुप्ता ते दीपक गुप्ता दी लाडली भैन सन। आप जी बहुत ही सहनशील बिरती वाले अते परमात्मा विच विश्वास रखने वाली औरत सन। आप जी दा व्याह 14 जुलाई 1991 नूं लोहा नगरी मंडी गोबिंदगढ़ दे उद्योगपति दर्शन कुमार मित्तल हुणा दे बेटे राजेश कुमार मित्तल हुणा नाल होया। आप जी दे घर दो बेटियां प्रिया ते मलिका अते एक बेटे राघव मित्तल ने जन्म लिया। आप जी बहुत ही मिठ बोलड़े सुभा दे मालक सन अते हमेशा ही परियां दी तरह चहकदे रहंदे सन। आप जी गरीबां अते दीन दुखियां दे मसीहा सन अते हर समय हर एक दी मदद करन लई आप जी हमेशा ही त्यार बर त्यार रहंदे सन। उनां दी याद विच एक धार्मिक समागम दा आयोजन उनां दे समूह परिवार वल्लों साहिल मोटल जीटी रोड मंडी गोबिंदगढ़ विखे करवाया गया, जिस विच पंडित जी वल्लों जीवन अते मौत दीआं सच्चाईआं बारे चानना पाया अते सब संगतां नूं उस परम पिता परमात्मा दे दर्शाए मार्ग ते चलण दी सिख्या दित्ती। ਛਾਪ ਹੁਣ ਬਣਾ ਕੇ ਲਿਆਇਆ, ਹੁਣੇ ਵਾਪਸ ਕਰਨੀ ਪੈ ਜੇ।
30,000 ਵਾਪਸ ਕਰੂਗਾ ਮਾਨਾ ਜੀ ਇਹਦੇ ਅੰਦਰ ਖਾਟ ਕੱਟੂਗਾ ਉਹ ਮਤਲਬ 100 ਰੁਪਏ ਦੇ 85 ਰੁਪਏ ਇਹ ਸੁਨਾਰਾ ਦਾ ਸਿਸਟਮ ਹੈ 15% ਖਾਟ ਕੱਟਣਾ ਮੈਂ ਇਹਦੇ 30,000 ਦੀ ਚੀਜ਼ ਹੈ ਜੇ ਹੁਣੇ ਵੀ ਮੈਂ ਵਾਪਸ ਕਰਾਂ ਉਹ 25,000 ਮੈਨੂੰ ਵਾਪਸ ਕਰੋ ਕਹਿੰਦੇ 5,000 ਕਿਉਂ ਕੱਟੋ ਹੁਣੇ ਹੁਣੇ ਤੱਕ ਲੈ ਕੇ ਆਏ ਮਾਜੀ ਸਿਸਟਮ ਹੈ ਇਹਦੇ ਅੰਦਰ ਤਾਂਤਾ ਮਿਕਸ ਹੈ ਸੁਣੀ ਚੱਲੇ ਬੈਠ ਜਾਓ ਮੇਰੀ ਬੇਨਤੀ ਹੈ ਕਿਸੇ ਬੰਦੇ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਬਾਬਾ ਜੀ ਸੁੱਤੇ ਪਏ ਬੰਦੇ ਦੇ ਅੰਦਰ ਆਤਮਾ ਆਉਂਦੀ ਹੈ ਕਿਸੇ ਬੰਦੇ ਨੇ ਮੈਨੂੰ ਸਵਾਲ ਕੀਤਾ ਸੁੱਤੇ ਬੰਦੇ ਦੇ ਆਤਮਾ ਹੁੰਦੀ ਹੈ ਕਿ ਨਹੀਂ ਸੁੱਤੇ ਪਏ ਬੰਦੇ ਦੇ ਪਰ ਮੈਨੂੰ ਨਹੀਂ ਪਤਾ ਪਰ ਮੈਨੂੰ ਤਾਂ ਜਿਹੜੇ ਜਾਗ ਰਹੇ ਨੇ ਉਹਨਾਂ ਤੇ ਵੀ ਸ਼ੱਕ ਹੋਇਆ ਹੈ ਔਰ ਸ਼ੰਕਰ ਗਿਆਨ ਨਾਲ ਵੀ ਮੁਕਤੀ ਨਹੀਂ ਹੁੰਦੀ ਇਹ ਗੱਲ ਪੱਲੇ ਪਾਉਂਦੇ ਕਈ ਬੰਦੇ ਕਹਿੰਦੇ ਗਿਆਨ ਨਾਲ ਮੁਕਤੀ ਹੋਣੀ ਹੁਣ ਗਿਆਨ ਕੀ ਹੈ ਭੋਗ ਤੇ ਆਇਆ ਇਹ ਗਿਆਨ ਹੈ ਆਏ ਕੀ ਕਰਨਾ ਇਹ ਤੁਹਾਡਾ ਅੰਦਰੋਂ ਆਤਮਾ ਕੀ ਕਹਿ ਰਹੀ ਹੈ ਇਹ ਆਤਮਾ ਗਿਆਨ ਹੈ ਇਹ ਤਾਂ ਪਤਾ ਹੀ ਹੈ ਨਾ ਵੀ ਆਪਾਂ ਭੋਗ ਤੇ ਆਏ ਆਏ ਕੀ ਕਰਨਾ ਹੈ ਨਹੀਂ ਇਹ ਆਤਮਾ ਗਿਆਨ ਇਹ ਮੋਬਾਈਲ ਹੈ ਬੱਚੇ ਨੂੰ ਵੀ ਪੁੱਛ ਲਓ ਦੱਸ ਦਊਗਾ ਇਹਦਾ ਕਰਨਾ ਕੀ ਹੈ ਹੁਣ ਸਤਸੰਗ ਹੋ ਰਿਹਾ ਸੁਣੂ ਹੋ ਕੇ ਨਹੀਂ ਸੁਣਨਾ ਇਹ ਆਤਮਾ ਗਿਆਨ ਇਹ ਪੁਸਤਕ ਹੈ ਬੱਚੇ ਨੂੰ ਵੀ ਪੁੱਛ ਲਓ ਭੈਣ ਜੀ ਇਹ ਪੁਸਤਕ ਹੈ ਹੁਣ ਇਹਦਾ ਕਰਨਾ ਕੀ ਹੈ ਇਹ ਆਤਮ ਗਿਆਨ ਹੈ ਦੱਸਦਾ ਲੋੜ ਮੈਂ ਬੱਚੇ ਨੂੰ ਪੁੱਛ ਲਓ ਦੱਸ ਦਊਗਾ ਉਹਨੂੰ ਯੂਜ਼ ਕਿਵੇਂ ਕਰਨਾ ਇਹ ਤਾਂ ਮਿੱਤਰ ਪਰਿਵਾਰ ਹੀ ਦੱਸ ਸਕਦਾ ਨਾ ਇਹ ਆਤਮ ਗਿਆਨ ਹੈ ਅੰਦਰੋਂ ਆਤਮਾ ਕੀ ਕਹਿ ਰਹੀ ਹੈ ਤਾਂ ਮੈਂ ਗੱਲ ਕਰ ਰਿਹਾ ਸੀ ਪ੍ਰੇਮੀਓ ਉਹ ਕਹਿੰਦੇ ਬੇਟਾ 5,000 ਕਿਉਂ ਕੱਟਣਗੇ ਮੈਂ ਬੇਟਾ ਜੀ ਇਹਦੇ ਚ ਤਾਂਬਾ ਮਿਕਸ ਹੈ ਫਿਰ ਮੇਰੇ ਬੇਟਾ ਜੀ ਨੇ ਵੀ ਮੈਨੂੰ ਬਹੁਤ ਸੁੰਦਰ ਜਵਾਬ ਦਿੱਤਾ ਕਹਿੰਦੇ ਮੈਂ ਜਿਉਂਦੇ ਜੀ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਕਦੇ ਜਾਗਦੇ ਖਿੱਲੇ ਗੋਰੇ ਤੇ ਪੈਰ ਨਹੀਂ ਰੱਖਿਆ ਕਈ ਵਾਰ ਸੁਪਨੇ ਚ ਸੁੱਤੇ ਪਏ ਕਿਸੇ ਦਾ ਮਾੜਾ ਹੋ ਗਿਆ ਹੋਵੇ ਹਾਂਜੀ ਕੋਈ ਤਾਂਬਾ ਤੂੰਬਾ ਮੇਰੇ ਸਰੀਰ ਚ ਵੜ ਗਿਆ ਹੋਵੇ ਇੱਥੇ ਕੱਢ ਲਾ ਸਤਿਗੁਰ ਮੈਂ ਤਾਂ ਮੇਰੇ ਕੋਲੇ ਕਿਹੜੀਆਂ ਪੜ ਕੇ ਜਾਣਾ ਕਿਹੜੀਆਂ ਹੋਰ ਸ਼ੰਕਰ ਭਗਵਾਨ ਉਵੇਂ ਭੈਣ ਦੱਸਣਾ ਉਹਨਾਂ ਦਾ ਇੰਨਾ ਸੁੰਦਰ ਜੀਵਨ ਬਹੁਤ ਸਿੱਧ ਦੇ ਰਹੇ ਨੇ ਪਰਿਵਾਰ ਇੱਕ ਗੁਲਾਬ ਦੇ ਫੁੱਲ ਵਰਗਾ ਜੀਵਨ ਜਿਹੜਾ ਜਿਹਦੇ ਜੀਤਾ ਖੁਸ਼ਬੂ ਬਖੇਰਦਾ ਹੀ ਹੈ ਜੇ ਉਸਨੂੰ ਕੋਈ ਤੋੜ ਵੀ ਲਵੇ ਤਾਂ ਤੋੜਨ ਵਾਲੇ ਦੇ ਹੱਥਾਂ ਵਿੱਚ ਵੀ ਖੁਸ਼ਬੂ ਛੱਡ ਦਿੰਦਾ ਹੈ ਐਸਾ ਜੀਵਨ ਨਿਰਭਰ ਉਹਨਾਂ ਦੇ ਜੀਵਨ ਨੂੰ ਸ਼ਬਦਾਂ ਦੇ ਵਿੱਚ ਨਹੀਂ ਵਿਖਿਆ ਕਰਿਆ ਜਾ ਸਕਦਾ ਧੰਨ ਨੇ ਉਹ ਮਾਤਾ ਪਿਤਾ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਇਸ ਸਟੇਜ ਤੇ ਦੋ ਸ਼ਬਦ ਕਹਿਣ ਲੱਗਿਆ ਕਿ ਧੰਨ ਨੇ ਉਹ ਮਾਤਾ ਪਿਤਾ ਜਿਨ੍ਹਾਂ ਨੇ ਐਸੀ ਬੇਟੀ ਨਿਰਭਰ ਵਰਗੀ ਬੇਟੀ ਨੂੰ ਜਨਮ ਦਿੱਤਾ ਇਸ ਤਰੀਕੇ ਦੇ ਨਾਲ ਮਿੱਤਰ ਪਰਿਵਾਰ ਦੇ ਵਿੱਚ ਆ ਕੇ ਆਪਣੇ ਮਾਤਾ ਪਿਤਾ ਦੇ ਦਿੱਤੇ ਸੰਸਕਾਰਾਂ ਦੀ ਖੁਸ਼ਬੂ ਬਖੇਰੀ ਮਿੱਤਰ ਪਰਿਵਾਰ ਦੇ ਨਾਲ ਆਪਣੇ ਪਤੀ ਰਜੇਸ਼ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸ ਤਰੀਕੇ ਨਾਲ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹੋਏ ਆਪਣੇ ਸੱਸ ਸਹੁਰੇ ਦਾ ਸਤਿਕਾਰ ਕਰਦੇ ਹੋਏ ਮੈਂ ਜੋ ਵੀ ਇਨਸਾਨ ਸਮਾਣੇ ਵੱਲ ਜਾਂਦੇ ਨੇ ਕਦੇ ਦੇਖੋ ਇਸ ਪਰਿਵਾਰ ਨੇ ਕਿਵੇਂ ਆਪਣੇ ਮਾਂ ਬਾਪ ਦੀ ਯਾਦ ਦੇ ਵਿੱਚ ਹਨੁਮੰਤ ਲਾਲ ਜੀ ਦੀ ਮੂਰਤੀ ਸਥਾਪਨਾ ਕਰਵਾ ਕੇ ਆਪਣੇ ਮਾਂ ਬਾਪ ਦੀ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਸਦਾ ਜਿੰਦਾ ਰੱਖਿਆ ਇਹ ਗੱਲਾਂ ਨੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਸੰਭਾਵਾਂ ਦੇ ਵਿੱਚ ਜਾ ਕੇ ਇਹਨਾਂ ਗੱਲਾਂ ਨੂੰ ਕਰਦੇ ਹਾਂ ਤਾਂ ਮੈਂ ਕਹਿੰਦਾ ਕਿ ਇਹ ਸ਼ੋਕ ਸਭਾਵਾਂ ਨਹੀਂ ਇਹ ਚੇਤਾਵਨੀ ਸਭਾ ਨੇ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਨੂੰ ਉਸ ਪਰਮਾਤਮਾ ਦੇ ਲਿਖੇ ਜ਼ਰੂਰ ਲਗਾਉਣਾ ਚਾਹੀਦਾ ਧਾਰਮਿਕਤਾ ਦੇ ਵਿੱਚ ਸਮਾਜਿਕਤਾ ਦੇ ਵਿੱਚ ਅੱਜ ਬਹੁਤ ਬੜਾ ਬਹੁਤ ਵਧੀਆ ਸ਼ਬਦ ਅੱਜ ਪੇਪਰ ਦੇ ਵਿੱਚ ਉਹਨਾਂ ਨੇ ਲਿਖੇ ਗਏ ਸਨ ਕਿ ਕਰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਜਿੰਨੇ ਵਾਰ ਵੀ ਮੁਲਾਕਾਤ ਹੋਣੀ ਇੱਕੋ ਸ਼ਬਦ ਹੋਣਾ ਵੀਰ ਜੀ ਦੱਸਿਓ ਕਿੱਥੇ ਪ੍ਰੋਗਰਾਮ ਹੈ ਵੀਰ ਜੀ ਤੁਹਾਡਾ ਸੁੰਦਰਗੜ੍ਹ ਦਾ ਪਾਠ ਜਿੱਥੇ ਵੀ ਹੋਵੇ ਮੈਨੂੰ ਪਲੀਜ਼ ਤੁਸੀਂ ਇੱਕ ਵਾਰ ਫੋਨ ਕਰ ਦਿਆ ਕਰੋ ਮੈਂ ਜ਼ਰੂਰ ਪਹੁੰਚੂ ਕਿਸ ਤਰੀਕੇ ਨਾਲ ਆਪਣੇ ਘਰ ਦੇ ਕੰਮ ਛੱਡ ਕੇ ਸਮਾਜ ਦੇ ਨਾਲ ਜੁੜੇ ਸਨ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਵਿਖਿਆਨ ਕਰਨਾ ਬਹੁਤ ਔਖਾ ਹੈ ਨਿਕਲ ਜੀ ਦੇ ਲਈ ਤਾਂ ਇਹੀ ਕਹਿਣਾ ਪਏਗਾ ਇੱਕ ਸੂਰਜ ਥਾ ਕਿ ਤਾਰੋਂ ਕੇ ਘਰਾਣੇ ਸੇ ਉਠਾ ਇੱਕ ਸੂਰਜ ਥਾ ਤਾਰੋਂ ਕੇ ਘਰਾਣੇ ਸੇ ਉਠਾ ਆਖ ਹੈਰਾਨ ਹੈ ਕਿ ਕਿਆ ਸ਼ਖਸ ਜ਼ਮਾਨੇ ਸੇ ਉਠਾ ਕਿਆ ਸ਼ਖਸ ਜ਼ਮਾਨੇ ਸੇ ਜਿੰਨੇ ਵੀ
अज रिश्तेदार मित्र सके संबंधी भैन भरा दोस्त मित्र एक एक कदम जो अज तुसी दुख दुख की घड़ी के विच मित्र परिवार के नाल दुख साझा करने लिए आए हो तुसी साडे लिए सारे ही सत्कारयोग हो तुहाडा एक एक कदम साडे सिर मत्थे।